ਅਗਸਤ ਨੂੰ ਲੈ ਕੇ ਗੱਲ ਕਰ ਲਈਏ ਤਾਂ ਬਾਰਡਰ ਏਰੀਆ ਦੇ ਇਲਾਕਿਆਂ ਦੇ ਵਿੱਚ ਕਿਸ ਤਰੀਕੇ ਦੇ ਪ੍ਰਬੰਧ ਜਿਹੜੇ ਨੇ ਪੁਲਿਸ ਵੱਲੋਂ ਕੀਤੇ ਗਏ ਨੇ ਉਸ ਨੂੰ ਲੈ ਕੇ ਨਾਕੇ ਜਿਹੜੇ ਨੇ ਜ਼ਰੂਰ ਹਾਈਟੈਕ ਵੀ ਲਗਾਏ ਗਏ ਨੇ ਔਰ ਕਈ ਇਹੋ ਜਿਹੇ ਚੁਰਾਹਿਆਂ ਦੇ ਵਿੱਚ ਵੀ ਨਾਕੇ ਲਗਾਏ ਗਏ ਨੇ ਜੋ ਕਿ ਲਿੰਕ ਰੋਡਾਂ ਦੇ ਨਾਲ ਸ਼ਹਿਰ ਨੂੰ ਸੰਬੰਧਿਤ ਕਰਦੀਆਂ ਨੇ ਔਰ ਦੱਸ ਦਈਏ ਕਿ ਤਰਨ ਤਾਰਨ ਜ਼ਿਲ੍ਹਾ ਜਿਵੇਂ ਬਾਰਡਰ ਸਰਹੱਦੀ ਏਰੀਆ ਹੈ ਉਸ ਨੂੰ ਲੈ ਕੇ ਜਿਹੜੇ ਨੇ ਜਿਵੇਂ ਸ਼ਹਿਰ ਦੇ ਵਿੱਚ ਐਂਟਰੀ ਕਰਨ ਵਾਲੇ ਪੁਆਇੰਟਾਂ ਤੇ ਵੀ ਨਾਕੇ ਲਗਾਏ ਗਏ ਨੇ ਸਾਡੇ ਨਾਲ ਤਰਨ ਤਾਰਨ ਦੇ SSP ਜਿਹੜੇ ਨੇ ਗੌਰਵ ਜੀ ਮੌਜੂਦ ਨੇ ਸਰ ਕਿਸ ਤਰੀਕੇ ਦੇ ਨਾਕੇ 15 ਅਗਸਤ ਦੇ ਮੱਦੇ ਨਜ਼ਰ ਜਿਹੜੇ ਨੇ ਲਗਾਏ ਗਏ ਨੇ ਮਾਨਯੋਗ DGP ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤਰਨ ਤਾਰਨ ਪੁਲਿਸ ਵੱਲੋਂ ਬਹੁਤ ਹੀ ਜਿਹੜੇ ਸਖ਼ਤ ਸੁਰੱਖਿਆ ਪ੍ਰਬੰਧ ਜਿਹੜੇ ਸੁਤੰਤਰਤਾ ਦਿਵਸ ਨੂੰ ਲੈ ਕੇ ਕੀਤੇ ਗਏ ਹਨ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ 9 ਜਿਹੜੇ ਹਾਈਟੈਕ ਨਾਕੇ ਹੈਗੇ ਆ ਜੋ ਡਿਸਟ੍ਰਿਕਟ ਸੀਲਿੰਗ ਨਾਕੇ ਅਸੀਂ ਕਹਿੰਦੇ ਆ ਉਹਦੇ ਵਿੱਚ ਅਸੀਂ ਜਿਹੜਾ ਸਖ਼ਤ ਪ੍ਰਬੰਧ ਜਿਹੜੇ ਕੀਤੇ ਆ ਫੋਰਸ ਬਿਲਕੁਲ ਮੁਸਤੈਦ ਹੈਗੀ ਹੈ ਅਤੇ ਲਗਾਤਾਰ ਇਹਦੀ ਚੈਕਿੰਗ ਕਰ ਰਹੀ ਹੈ ਇਸ ਤੋਂ ਇਲਾਵਾ ਬਾਰਡਰ ਵਾਲੇ ਇਲਾਕਿਆਂ ਦੇ ਜਿਹੜੇ ਵਿੱਚ ਅਸੀਂ ਸੈਕਿੰਡ ਲਾਈਨ ਆਫ ਡਿਫੈਂਸ ਤੇ ਵੀ 21 ਨਾਕੇ ਜਿਹੜੇ ਲਗਾਏ ਹਨ ਜਿੱਥੇ ਫੋਰਸ ਬਿਲਕੁਲ ਮੁਸਤੈਦ ਹੈਗੀ ਹੈ ਤੇ ਪੂਰੀ ਨਿਗਰਾਨੀ ਰੱਖ ਰਹੀ ਹੈ ਕਿ ਕ੍ਰੋਸ ਬਾਰਡਰ ਕੋਈ ਮਾੜਾ ਅੰਸਰ ਇਸ ਪਾਸੇ ਜਿਹੜੇ ਨਾ ਆ ਸਕੇ ਇਸ ਤੋਂ ਇਲਾਵਾ ਸ਼ਹਿਰ ਦੇ ਵਿੱਚ ਵੀ ਵੱਖ ਵੱਖ ਥਾਵਾਂ ਤੇ ਜਿਹੜੇ ਨਾਕੇ ਲਗਾਏ ਗਏ ਹਨ ਅਤੇ ਜਿਹੜੇ PCR ਮੋਟਰਸਾਈਕਲ ਤੇ ਗੱਡੀਆਂ ਹੈ ਉਹ ਵੀ ਪੈਟਰੋਲਿੰਗ ਕਰ ਰਹੀਆਂ ਹਨ ਲਗਾਤਾਰ ਕਰ ਰਹੀਆਂ ਹਨ ਤਾਂ ਜੋ ਕੋਈ ਮਾੜਾ ਅੰਸਰ ਕਿਸੇ ਤਰੀਕੇ ਦੀ ਕੋਈ ਅਨਸੁਖਾਵੀ ਘਟਨਾ ਨਾ ਕਰ ਸਕੇ ਪੁਲਿਸ ਜਿਹੜੀ ਹੈ ਲੈ ਕੇ ਜਿਵੇਂ ਆਪਾਂ ਗੱਲ ਕਰ ਲਈਏ ਸਬ ਡਿਵੀਜ਼ਨਸ ਦੇ ਵਿੱਚ ਜਿਹੜੀ ਹੈ ਫਲੈਗ ਮਾਰਚ ਵੀ ਕੀਤੇ ਜਾ ਰਹੇ ਨੇ ਜਿਵੇਂ ਅਲਰਟ ਚੱਲ ਰਹੇ ਬਿਲਕੁਲ ਇਹ ਜਿਹੜਾ ਸੁਤੰਤਰਤਾ ਦਿਵਸ ਤੇ ਲਾਗੇ ਜਿਹੜੀ ਪੁਲਿਸ ਬਿਲਕੁਲ ਆਪਣੀ ਮੁਸਤੈਦੀ ਨਾਲ ਹੋਰ ਮੁਸਤੈਦੀ ਨਾਲ ਜਿਹੜੀ ਡਿਊਟੀ ਕਰਦੀ ਹੈਗੀ ਹੈ ਜਿਹੜੇ ਤਰਨ ਤਾਰਨ ਦੇ ਵਿੱਚ 4 ਹਲਕੇ ਹੈਗੇ ਆ ਹਰ ਹਲਕੇ ਦੇ ਵਿੱਚ ਸੀਨੀਅਰ ਅਫਸਰਾਂ ਵੱਲੋਂ ਜਿਹੜੇ ਫਲੈਗ ਮਾਰਚ ਕੱਢੇ ਗਏ ਹਨ ਜਿਹੜੇ ਜਿਹੜੇ ਇਲਾਕੇ ਹੈਗੇ ਜੋ ਥੋੜੇ ਕ੍ਰਾਈਮ ਪ੍ਰੋਨ ਹੈਗੇ ਆ ਉਹਦੇ ਵਿੱਚ ਜਿਹੜਾ ਖਾਸ ਫੋਕਸ ਕੀਤਾ ਗਿਆ ਹੈਗਾ ਹੈ ਇਸ ਤੋਂ ਇਲਾਵਾ ਵੀ ਜਿਹੜੇ ਸੀਨੀਅਰ ਅਫਸਰਾਂ ਦੇ ਹੁਕਮਾਂ ਅਨੁਸਾਰ ਹਰ ਥਾਂ ਤੇ ਜਿਹੜੇ ਜਿਹੜੀ ਰੇਡਸ ਕੀਤੀਆਂ ਗਈਆਂ ਹਨ ਸਰਾਵਾਂ ਦੀ ਚੈਕਿੰਗ ਅਸੀਂ ਕਰਾਈ ਹੈਗੀ ਹੈ ਜਿਹੜੀ ਮਾਰਕੀਟ ਪਲੇਸਿਸ ਹੈਗੇ ਆ ਬੱਸ ਸਟੈਂਡਸ ਹੈਗੇ ਆ ਹੋਰ ਵੀ ਜਿੱਥੇ ਜਿਹੜੇ ਜਿਹੜੀ ਪਬਲਿਕ ਜਿੱਥੇ ਜਾਂਦੀ ਹੈਗੀ ਆ ਉੱਥੇ ਅਸੀਂ ਸੁਰੱਖਿਆ ਦੇ ਜਿਹੜੇ ਪੁਖਤਾ ਪ੍ਰਬੰਧ ਕਰਾਏ ਹਨ ਸਰ CCTV ਦੀ ਗੱਲ ਕਰ ਰਹੀ ਹੈ ਔਰ ਬਾਰਡਰ ਏਰੀਆ ਜਿਹੜਾ ਤੁਸੀਂ ਜਾਣਦੇ ਹੋ ਕਿ ਭਾਰਤ ਪਾਕਿਸਤਾਨ ਸਰਹੱਦ ਨਾਲ ਏਰੀਆ ਇਹ ਜੁੜਿਆ ਹੋਇਆ ਔਰ CCTV ਜਿਹੜੇ ਨੇ ਕਿੰਨੇ ਲਗਾਏ ਗਏ ਨੇ ਔਰ ਇੰਸਟਾਲੇਸ਼ਨਸ ਉਸ ਦੇ ਨਾਲ ਆਪਾਂ ਜੇ ਕੰਟਰੋਲ ਰੂਮ ਦੀ ਗੱਲ ਕਰ ਲਈਏ ਤਾਂ ਕੀ ਉਹ ਵੀ ਸਥਾਪਿਤ ਕੀਤਾ ਗਿਆ ਬਿਲਕੁਲ ਜਿਹੜੇ 9 ਜਿਹੜੇ ਹਾਈਟੈਕ ਜਿਹੜੇ ਨਾਕੇ ਹੈਗੇ ਆ ਉਹਦੇ ਵਿੱਚ ANPR ਜੋ ਕਿ ਆਟੋਮੈਟਿਕ ਨੰਬਰ ਪਲੇਟ ਰਿਕੋਗਨੀਸ਼ਨ ਸਿਸਟਮ ਹੈਗਾ ਹੈ ਉਹ ਲਗਾਏ ਗਏ ਹਨ ਜੋ ਲਗਾਤਾਰ ਜਿਹੜੇ ਗੱਡੀਆਂ ਦੀ ਨੰਬਰ ਪਲੇਟਸ ਉਹ ਚੈੱਕ ਕਰ ਸਕਦੇ ਹੈ ਤੇ ਇਮੀਡੀਏਟਲੀ ਸਾਨੂੰ ਪਤਾ ਲੱਗ ਸਕਦਾ ਹੈ ਕਿ ਜਿਹੜੀ ਗੱਡੀ ਉਹ ਕਿਹੜੇ ਪਾਸੇ ਜਾ ਰਹੀ ਹੈਗੀ ਹੈ ਇਸ ਤੋਂ ਇਲਾਵਾ ਵੱਖ ਵੱਖ ਥਾਂ 'ਤੇ ਜਿਹੜੇ CCTV ਕੈਮਰੇ ਵੀ ਲਗਾਏ ਗਏ ਹਨ ਜਿਹੜਾ ਕੰਟਰੋਲ ਰੂਮ ਸੈਂਟਰਲਾਈਜ਼ਡ ਹੈਗਾ ਹੈ ਤੇ ਕੰਟੀਨਿਊਸਲੀ ਸਾਡੇ ਮੁਲਾਜ਼ਮ ਬਹਿ ਕੇ ਉਹਦੀ ਮੋਨੀਟਰਿੰਗ ਵੀ ਕਰ ਰਹੇ ਹਨ ਬਿਲਕੁਲ ਧੰਨਵਾਦ ਇਸ ਸਨ ਤਰਨ ਤਾਰਨ ਦੇ SSP ਔਰ ਦੱਸ ਦਈਏ ਕਿ ਇਹਨਾਂ ਵੱਲ ਜਿਹੜੇ ਹਾਈਟੈਕ ਨਾਕਿਆਂ ਦੇ ਨਾਲ ਨਾਲ ਬਾਰਡਰ ਏਰੀਆ ਦੇ ਵਿੱਚ ਵੀ ਜਿਹੜੀ ਹੈ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ ਕਿ ਕੋਈ ਅਨਸੁਣੀ ਘਟਨਾ ਨਾ ਜਿਹੜੀ ਵਾਪਰੇ ਉਸਦੇ ਲਈ ਜਿਹੜੇ ਨੇ ਤਰਨ ਤਾਰਨ ਜ਼ਿਲ੍ਹੇ ਦੀ ਪੁਲਿਸ ਵੱਲੋਂ ਜਿਹੜੇ ਨੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਤਰਨ ਤਾਰਨ ਤੋਂ ਸਿਧਾਰਥ ਅਰੋੜਾ ਨਿਊਜ਼ 18